ਭਰਾਵਾ ਮੇਰੇ ਕੋਲ ਇੱਕ ਹੀ ਬੱਚਾ ਹੁਣ ਮੈਂ ਕਿਹੜੀ ਗੱਲ ਤੋਂ ਲੜਾਈ ਹੋ ਰਹੀ ਹੈ ਅੱਜ ਮੋਲਾ ਦੇ ਦੇ ਹਾਂ ਅੱਜ ਮੋਲਾ ਸੀਤ ਲੜਦੇ ਕਿਉਂ ਹੈ ਉਹਦੇ ਚ ਹੈ ਕੋਈ ਭੁੱਖੇ 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 ਪਰ ਭੁੱਖੇ ਬੜੇ ਹੋ ਲੜਾਈ 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 ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਆਰ ਚੈਨਲ ਰਸ਼ੀਦ ਚੀਮਾ ਤੇ ਕੱਲ ਲੱਗ ਜਾਣੇ ਨੇ ਸਾਡੇ ਸਕੂਲ ਤੇ ਅੱਜ ਅਸੀਂ ਜਾ ਰਹੇ ਹਾਂ ਆਪਣੀ ਸਟੇਸ਼ਨਰੀ ਸ਼ਾਪਿੰਗ ਕਰਨ ਤੇ ਮੈਂ ਆਪਣੀ ਲਿਸਟ ਵੀ ਬਣਾ ਲਈ ਹੈ ਕਾਫੀ ਲੇਟ ਦੱਸ ਮੈਂ ਆਪਣੀ ਲਿਸਟ ਬਣਾ ਲਈ ਹੈ ਸਾਰੀ ਤੇ ਫਤਿਹ ਦੀ ਆਲਰੇਡੀ ਉਹਦੇ ਟੀਚਰਸ ਨੇ ਸੈਂਡ ਕਰ ਦਿੱਤੀ ਹੈ ਡਾਕਟਰਾਂ ਵਾਲੀ ਰਾਈਟਿੰਗ ਕੀਤੀ ਹੈ ਸਾਰੀ ਗਰਮੀਆਂ ਬਿਨਾਂ ਦਸਤਾਰ ਤੋਂ ਜਿੱਦਣ ਗਿਆ ਨਾ ਤੇਰੀ ਛਿੱਲ ਮੈਂ ਲਾਣੀ ਹੈ ਵੇਖ ਪਾਪਾ ਜੀ ਉੰਜ ਕਹਿੰਦੇ ਕਿ ਮੈਂ ਪੱਗ ਬੰਨੀ ਪਟਕਾ ਤੋਂ ਬੰਨਿਆ ਕੋ ਨਹੀਂ ਹੁੰਦਾ ਪਟਕਾ ਤੇਰੇ ਕੋ ਸੰਭਾਲੇ ਜਾਂਦਾ ਪੱਗ ਤੇ ਸੰਭਾਲ ਪੱਗ ਤੇ ਮੈਂ ਬੰਨ ਲੈਣਾ ਯਾਰ ਫਿਰ ਕੀ ਬੰਨ ਦਾ ਗੱਲ ਨਹੀਂ ਸੰਭਾਲਣ ਦੀ ਗੱਲ ਹੈ ਰਿਸਪੈਕਟ ਸਪ੍ਰਿੰਗ ਲੱਗੇ ਨੇ ਕਮੀਨੇ ਨੂੰ ਰਿਸਪੈਕਟ ਜ਼ਰੂਰੀ ਹੈ ਟਿਕੇਗਾ ਹੀ ਨਾ ਕਿਤੇ ਮਨ ਖਰਾਬ ਹੋ ਜਾਊਗਾ ਮੰਮਾ ਚੱਲ ਕੇ ਮਿਲ ਲਿਆ ਸ਼ਾਇਦ ਹੁਣ ਅਸੀਂ ਪਹੁੰਚ ਗਏ ਆ 7 ਸੈਕਟਰ ਤੇ ਇੱਥੋਂ ਅਸੀਂ ਕਰਾਵਾਂਗੇ ਆਪਣਾ ਫੋਟੋ ਸ਼ੂਟ ਫੋਟੋ ਸ਼ੂਟ ਨਹੀਂ ਹੈ ਫੋਟੋ ਪਾਸਪੋਰਟ ਸਾਈਜ਼ ਫੋਟੋ ਖਿਚਵਾਉਣੀ ਹੈ ਤੂੰ ਚਾਰ ਦਿਨਾਂ ਨੂੰ ਫਿਰ ਤਿਆਰ ਹੋ ਜਾਣਾ ਚੱਲ ਪਹਿਲਾਂ ਫੋਟੋ ਕਰਾਓ ਫਿਰ ਵੇਖਣੇ ਬੀਬੇ ਬੱਚੇ ਦੀ ਆਗੇ ਵਾਰੀ ਕੋਈ ਨੀ ਦੋ ਜਾਣੇ ਪਾਸਪੋਰਟ ਸਾਈਜ਼ ਨੇ ਬੇਟਾ ਹੁਣ ਆ ਗਿਆ ਸਟੇਸ਼ਨਰੀ ਵਾਲੀ ਇੱਕ ਨਵੀਂ ਸ਼ੋਪ ਖੁੱਲੀ ਹੈ ਰੇਲਵੇ ਰੋਡ ਤੇ ਕੁਲਚੇ ਛੋਲੇ ਕੁਲਚੇ ਛੋਲੇ ਟੇਸਟੀ ਹੈ ਨਾ ਮੈਂ ਜ਼ਿਆਦਾ ਮਿਊਨਿਸਪਲ ਹੈ ਉਹ ਵਿੱਚ ਭਰਨ ਵਾਲਾ ਜਿਹੜਾ ਫੀਲ ਕਰਦੇ ਨੇ ਵਿੱਚ ਉਹ ਵਾਲਾ ਸਟੇਸ਼ਨਰੀ ਤੋਂ ਬਾਅਦ ਹੁਣ ਇਹਨਾਂ ਦੀ ਮੰਮਾ ਗਈ ਮੜਾ ਜਾ ਕੰਮ ਆਪਾਂ ਕਰ ਰਹੇ ਆਪਣੀ ਪੇਟ ਪੂਜਾ ਉਹ ਕਹ ਰਹੇ ਰੀਜ਼ ਬੁਟੀਕ ਤੇ ਹੁਣ ਜੀਬਾ ਮਰਚ ਜਾਦੀ ਹੈ ਤੰਨੀ ਵੀ ਫਣੀ ਹੈ ਠੀਕ ਯਮ ਯਮ ਹੈ ਹਮ ਹੈ ਯਮ ਆਈਸਕ੍ਰੀਮ ਬਦੇ ਫਲੂਦਾ ਅੱਜ ਖਾ ਰਹੇ ਆ ਬੜਾ ਸ਼ਾਨਦਾਰ ਵਾਲਾ ਬੜੇ ਦਿਨਾਂ ਬਾਅਦ ਬੜੇ ਵਧੀਆ ਵਾਲਾ ਫਲੂਦਾ ਰਾਜੂ ਬਾਈ ਇੱਥੇ 17 ਸੈਕਟਰ ਵਿੱਚ ਮੈਨੂੰ ਪਹਿਲਾਂ ਇਹ ਦੱਸੋ ਇਹ ਡੀਸੀ ਲੱਗਾ ਯਾਰ ਹੁਣ ਉੱਥੇ ਜਾ ਕੇ ਆਂਦਾ ਮੈਂ ਵੱਡੇ ਵਾਲਾ ਗਲਾਸ ਤੇ ਇਹਦੇ ਕੋਲ ਨਾ ਖਾਤਾ ਕੋ ਨਹੀਂ ਜਾਣਾ ਇੰਨਾ ਉਹੀ ਤੇ ਮੈਨੂੰ ਨਾ ਦੇਗਾ ਹਾਂ ਵਿਚਾਰੀ ਵੇਖੋ ਭੁੱਖੀ ਮਰ ਗਈ ਤੇ ਕੋ ਹੈ ਕੋ ਨਹੀਂ ਨਾ ਖਾਦਾ ਨਹੀਂ ਵਿਚਾਰੀ ਨੇ ਨਾ ਉਸ ਦਿਨ ਕੋ ਨਹੀਂ ਮਟਕੋ ਜੀ ਬੜਾ ਸਵਾਰ ਲੱਗਿਆ ਯਾਰ ਉਹ ਟੈਂਪਰੇਰੀ ਜਿਹੀ ਹੈ ਇਹਦੀ ਆਈਸਕ੍ਰੀਮ ਤੇ ਜਿਹੜਾ ਉਹ ਹੈ ਨਾ ਮਟੀਰੀਅਲ ਓਰੀਜਨਲ ਖੋਏ ਵਾਲਾ ਮੰਮੀ ਕਹਿੰਦੀ ਕਿਹਾ ਨਾ ਸੀ ਪੈਕ ਕਰਦੇ ਹਾਂ ਬਸ ਮੈਂ ਪਹਿਲਾਂ ਖਾਲੀ ਫਿਰ ਪੈਕ ਕਰਾਉਂਗੇ ਹੁਣ ਇਹਦੀ ਕੀ ਸਰਵਿਸਾਂ ਕਰਾਉਣ ਨੇ ਨਾ ਕੁੱਟੋ ਵਿਚਾਰੀ ਭੁੱਲੋ ਜੀ ਨੂੰ ਤੇ ਆਪਣੇ ਆਪ ਨੂੰ ਓਏ ਫਤਿਹ
ਗਲਤ ਗੱਲ ਤੁਹਾਡੀ ਬਈ ਹੈ ਚਲੋ ਹੁਣ ਆਪਣਾ ਸਮਾਨ ਕੀ ਕਰਨਾ ਅੱਛਾ ਸ਼ੋਅ ਕਰਨਾ ਚੱਲ ਇਹਨੂੰ ਪਹਿਲਾਂ ਤੂੰ ਖਾ ਵੀ ਆਪਣਾ ਲੰਚ ਬਾਕਸ ਵਗੈਰਾ ਇਹਦੇ ਵਿੱਚ ਨੇ ਨਾ ਆਪਣੇ ਆਪਣੇ ਪਹਿਲਾਂ ਆਪਣਾ ਆਪਣਾ ਵੱਖਰਾ ਰੱਖੋ ਹੁਣ ਇਹ ਵਿਖਾਣ ਲੱਗੇ ਨੇ ਆਪਣੀ ਸਾਰੀ ਬਈ ਸਟੇਸ਼ਨਰੀ ਕਿੱਟ ਵਗੈਰਾ ਤੁਹਾਡੀ ਸਾਰਿਆਂ ਦੀ ਬੜੀ ਡਿਮਾਂਡ ਹੈ ਬੜੇ ਸਾਰੇ ਮੈਸੇਜ ਆਉਂਦੇ ਨੇ ਕਿ ਆਪਣੀ ਨਵੇਂ ਜਿਹੜਾ ਸੈਸ਼ਨ ਦੀ ਕਿਟਸ ਐਂਡ ਆਪਣੀ ਸਟੇਸ਼ਨਰੀ ਜੋ ਵੀ ਵਿਖਾਇਓ ਓ ਯਾਰ ਕੀ ਲੰਚ ਬਾਕਸ ਵਿਖਾਓ ਪਹਿਲਾਂ ਚਲੋ ਲੰਚ ਬਾਕਸ ਤੋਂ ਸ਼ੋਮੀ ਵਿਖਾਓ ਮੈਨੂੰ ਪਤੇ ਪੀਪਾ ਡੋਗ ਦਿੰਦਾ ਕੋਈ ਨਾ ਕੋਈ ਸਾਗ ਵਰਗਾ ਕਲਰ ਆਰਮੀ ਕਲਰ ਵੀ ਤੇ ਕਹਿ ਸਕਣਾ ਫਿਰ ਤੈਨੂੰ ਫੀਲਿੰਗ ਆਇਆ ਕਰੇਗੀ ਸਾਗ ਤੂੰ ਉਂਝ ਤੇ ਖਾਂਦਾ ਨੀ ਤੇ ਤੈਨੂੰ ਇਸ ਕਰਕੇ ਟਿਫਨ ਲੈ ਦਿੱਤਾ ਸਾਗ ਕਲਰ ਦਾ ਹੁਣ ਨੈਕਸਟ ਵਾਟਰ ਬੋਟਲ ਵਿਖਾ ਫਤਿਹ ਕੀ ਬੋਟਲ ਤੇ ਬਲੈਕ ਸੇਮ ਕਲਰ ਦੀ ਹੈ ਹਾਂ ਸੋਹਣੀ ਬੋਟਲ ਦੇ ਵਿੱਚੋਂ ਵੀ ਬੜੀ ਵਧੀਆ ਹੈ ਨਾ ਮੰਮਾ ਨੇ ਲਈ ਸੀ ਤੇ ਮੈਂ ਦੂਸਰੀ ਕੋਈ ਡਿਜ਼ਾਈਨ ਬਣਾ ਲਈ ਸੀ ਤੇ ਮੇਰੀ ਕਿਟ ਜਮਟਰੀ ਹਾਂ ਹੁਣ ਅਸੀਂ ਵਿਖਾਉ ਨਾ ਪਹਿਲਾਂ ਵਿਖਾ ਤੂੰ ਖਾ ਆਪਣੀ ਉੱਥੇ ਮੈਂ ਖੋਲਾਂ ਨਹੀਂ ਇਹ ਵੀ ਵਿਖਾ ਦੇ ਯਾਰ ਮੈਂ ਵੀ ਖੋਲੀ ਆ ਕਿਵੇਂ ਖੁੱਲ ਮੇਰੀ ਪੈਪਰ ਪਿਗ ਵਾਲੀ ਮੈਂ ਨਾ ਮਤਲਬ ਆਪਣੇ ਬਰਥਡੇ ਤੇ ਲਈ ਸੀ ਆਪਣੇ ਨੈਕਸਟ ਸੈਸ਼ਨ ਵਾਸਤੇ ਬਟ ਉਹ ਮਤਲਬ ਟੁੱਟੀ ਨਿਕਲੀ ਹੈ ਇਸ ਕਰਕੇ ਉਹ ਕਿਹੜੀ ਸੀ ਜਿਮ ਇਸ ਡੋਚ ਕੋਈ ਮੇਰੇ ਤੇ ਫਿਰ ਉਹ ਵਾਪਸ ਨਹੀਂ ਹੋ ਸਕਦੀ ਉਹ ਵਾਪਸ ਮੈਂ ਉਹਨਾਂ ਨੂੰ ਬੋਲਿਆ ਸੀ ਇਹ ਵਾਲੀ ਹਾਂਜੀ ਆਹ ਕਿੰਨੀ ਸੋਹਣੀ ਵੇਖੀ ਕਿੱਡੀ ਵਧੀਆ ਕਿੱਟ ਹੈ ਦੱਸ ਨਹੀਂ ਆ ਅੱਜ ਦਾ ਨਾ ਵੇਖੋ ਆ ਖਰਾਬ ਇਹਦੇ ਵਿੱਚ ਕੀ ਪੈਂਦਾ ਇਹਦੇ ਕੀ ਪਾਣਾ ਹੁੰਦਾ ਇਹਦੇ ਵਿੱਚ ਬਹੁਤ ਕੁਝ ਪੈ ਸਕਦਾ ਲੇਜ਼ਰ ਸ਼ਾਪਨਰ ਚੱਲ ਨਾ ਵੀ ਬੇਅਰ ਕਿੱਟ ਤੇ ਹੈ ਇਹ ਚੱਲ ਮੈਂ ਉਹਨੂੰ ਵਾਪਸ ਕਰ ਆਵਾਂਗਾ ਵਾਪਸ ਕਰ ਆਵਾਂ ਫਤਿਹ ਤੂੰ ਖਾ ਆਪਣੀ ਤੇਰੀ ਵੱਡੀ ਸਾਰੀ ਬਾਹ ਕੁਝ ਪੈ ਜਾਂਦਾ ਹਾਂ ਚਲੋ ਨੈਕਸਟ ਇਹ ਨਹੀਂ ਹੈ ਗਾਇਸ ਹੁਣ ਸਾਡੀ ਨੋਟਬੁੱਕ ਖਾ ਫਤਿਹ ਮੈਂ ਲੈਣ ਲੱਗੀ ਆ ਤੇ ਬੇਟਾ ਚਾੜੀ ਚਾੜੀ ਰਫ ਵਾਸਤੇ ਨੇ ਅਸਲੀ ਸਟੇਸ਼ਨਰੀ ਤੇ ਬਾਕੀ ਜੇ ਇਹਨਾਂ ਦੀਆਂ ਬੁੱਕਸ ਵੀ ਸਕੂਲ ਆਈਆਂ ਪਈਆਂ ਨੇ ਕੱਲ ਨੂੰ ਇਹਨਾਂ ਨੂੰ ਮਿਲ ਜਾਣਗੀ ਜਦੋਂ ਸਕੂਲ ਜਾਣਗੇ ਐਂ ਨੋਟਬੁੱਕਸ ਵਗੈਰਾ ਸਟੇਸ਼ਨਰੀ ਸਕੂਲ ਦੀ ਵੱਖਰੀ ਹੁੰਦੀ ਹੈ ਸਾਡੀ ਮਾੜੀ ਯੂਨੀਫਾਰਮ ਵੀ ਰਹਿ ਗਈ ਸੀ ਨਾ ਹਾਂ ਯੂਨੀਫਾਰਮ ਉਹ ਵੀ ਆਏਗੀ ਯੂਨੀਫਾਰਮ ਹੀ ਬਟ ਬਾਕੀ ਸਮਾਨ ਹੋਰ ਵਿਖਾਓ ਕੀ ਕੁਛ ਹੈ ਤੁਹਾਡੇ ਚਲੋ ਕਵਰ ਹੋ ਗਏ ਆ ਤੇ ਸਕੂਲ ਵਾਲੇ ਤੱਕ ਆ ਟਿਊਸ਼ਨ ਵਾਲੀ ਤੇ ਆ ਸਕੂਲ ਜਿੰਨੇ ਦਿਨ ਤੱਕ ਬੁੱਕਸ ਤੇ ਨੋਟਬੁੱਕਸ ਨਹੀਂ ਆਉਂਦੀਆਂ ਨਾ ਓਕੇ ਓਕੇ ਆ ਤੁਹਾਡੀ ਸਕੂਲ ਵਾਲੀ ਮੇਰੀ ਆ ਸਕੂਲ ਵਾਲੀ ਹੋਰ ਵਿਖਾਓ ਹੋਰ ਕੀ ਤੁਹਾਡੇ ਕੋਲ ਹੋਰ ਆ ਤੇ ਬਾਕੀ ਤੁਹਾਡੇ ਆ ਹੋ ਗਏ ਕਵਰ ਹੋ ਗਏ ਆ ਕਵਰ ਹੋ ਗਏ ਨੇ ਸਾਰਿਆਂ ਦੇ ਫਤਿਹ ਟ੍ਰਾਂਸਪੇਰੈਂਟ ਕਵਰ ਨੇ ਇੱਕ ਇੱਕ ਚੀਜ਼ ਕੱਟ ਕੇ ਪਹਿਲਾਂ ਫਤਿਹ ਦਾ ਵਿਖਾਓ ਕੀ ਫਤਿਹ ਫਤਿਹ ਦੀ ਕਲੇਜ਼ ਮੈਂ ਅੱਛਾ ਫਤਿਹ ਵਿਖਾਓ ਰਾ ਇਦਾਂ ਹੀ ਵਿਖਾ ਦੇ ਫਤਿਹ ਸ਼ੋ ਮੀ ਓਕੇ ਡੋਮਸ ਦੀ ਇਹਦੀ ਮਾਡਲਿੰਗ ਡੋ ਮੈਂ ਤੁਹਾਨੂੰ ਆਪਣਾ ਵਿਖਾਨੀ ਆ ਮੇਰੇ ਕੋਲ ਬੜਾ ਕੁਝ ਸਮਾਨ ਹੈ ਮੈਂ ਬਰਥਡੇ ਤੇ ਐਕਸਟਰਾ ਫੈਂਸੀ ਸਟੇਸ਼ਨਰੀ ਲਈ ਸੀ ਆ ਨੇ ਕੁਝ ਹਾਈਲਾਈਟਰਸ ਕਿੰਨੇ ਪਿਆਰੇ ਨੇ ਸੌਫਟੀ ਬਣੀ ਆਈਸਕ੍ਰੀਮ ਤੇ ਆ ਇੱਕ ਮੇਰੀ ਅੱਛਾ ਹਾਈਲਾਈਟਰ ਨੇ ਯੈਪ ਤੇ ਆ ਮੇਰੀ ਇੱਕ ਬੀਟੀਐਸ ਵਾਲੀ ਨੋਟਬੁੱਕ ਮੈਨੂੰ ਕਿੱਟ ਬੋਲਣ ਦੀ ਇਹਦੇ ਨਾਲ ਉੱਤੇ ਵਾਲੀ ਜਿਹੜੀ ਇਹ ਨਾਲ ਕੀ ਸੀ ਤੇ ਪੈਨ ਨੇ ਪੈਨ ਛੋਟਾ ਜਿਹਾ ਵਾਹ ਕਿੰਨੀ ਪਿਆਰੀ ਨੋਟ ਐਵੇਂ ਲੱਗਦਾ ਸੀ ਮੈਂ ਇੰਨੀ ਛੋਟੀ ਜੀ ਡਾਇਰੀ ਤੇ ਹੋਰ ਮੈਂ ਤੁਹਾਨੂੰ ਵਿਖਾਨੀ ਆ ਗਾਈ ਦੋ ਮੇਰਾ ਬੈਗ ਤੁਹਾਨੂੰ ਪਤਾ ਹੀ ਹੋਣਾ ਹਾਂ ਫਤਿਹ ਨੂੰ ਪਤਾ ਵਿਖਾਈ ਸੋਹਣਾ ਬੈਗ ਹੈ ਫਤਿਹ ਦਾ ਬੜਾ ਪਿਆਰਾ ਹੈ ਲੈਣ ਵਾਲਾ ਉਦੋਂ ਅਸੀਂ NH1 ਤੋਂ ਉੱਥੋਂ ਲਿਆ ਸੀ ਇਹਦਾ ਬੂਟ ਲੈਣ ਅਸੀਂ ਜਨਵਰੀ ਚ ਲਿਆ ਸੀ ਨਾ ਜਨਵਰੀ ਦੇ ਐਂਡ ਚ ਆਈ ਗੈਸ ਮੇ ਵੀ ਜਨਵਰੀ ਨਹੀਂ ਜਿੱਦਾਂ ਆਪਾਂ ਮਣ ਜਾ ਹੁਣ ਹਾਂ ਫੈਬਰੀ ਆਈ ਥਿੰਕ ਤੇ ਹੁਣ ਫੈਬਰੀ ਅਪ੍ਰੈਲ ਹੋ ਗਈ ਹੈ ਮੈਂ ਆਹ ਨਵੇਂ ਸੈੱਟ ਕੁਝ ਫੈਂਸੀ ਨੇ ਫਤਿਹ ਦਾ ਆਪਣਾ ਸੈੱਟ ਕਰੀ ਜਾਂਦਾ ਵਿਖਾਈ ਇਰੇਜ਼ਰ ਦਾ ਮੇਰੀ ਬੱਚੇ ਕਿਸੇ ਕੰਮ ਦੀ ਤੇ ਹੁੰਦੀਆਂ ਨੇ ਬਸ ਫੈਂਸੀ ਹੁੰਦੀਆਂ ਨੇ ਹੋਰ ਤਾਂ ਹਾਂ ਇਰੇਜ਼ ਕਰਦੀਆਂ ਨੇ ਹੋਰ ਬੜੀਆਂ ਤਾਂ ਬੜੀਆਂ ਪਿਆਰੀਆਂ ਨੇ ਸੈੱਟ ਕਰੀ ਆਹ ਮੇਰੀ A4 ਸਾਈਜ਼ ਸ਼ੀਟ ਲੋ ਠੀਕ ਅੱਛਾ ਠੀਕ ਹੈ ਓਕੇ ਆ ਮੇਰੀ A4 ਸਾਈਜ਼ ਸ਼ੀਟ ਰੱਖੋ ਪਾਪਾ ਇੱਕ ਨਾ ਮੇਰਾ ਉਹ ਮੇਰੇ ਕਲਰ ਚ ਪਏ ਨੇ ਉਹ ਜਿੱਥੇ ਕੀਬੋਰਡ ਰੱਖੀਦਾ ਹੁੰਦਾ ਉਹ ਟੇਬਲ ਤੇ ਉਹ ਥੱਲੇ ਇਹਦੇ ਵਿੱਚ ਹਾਂਜੀ ਦਿਸ ਵਨ ਯੈਪ ਆ ਨੇ ਮੇਰੇ ਕਲਰ ਪੈਨਸ ਨੀਓਨ ਕਲਰ ਨੇ ਮੈਂ ਵੀ ਲਵਾਂਗਾ ਆਪਣੇ ਬਰਥਡੇ ਤੇ ਲੈ ਲੈ ਬੜੇ ਸੋਹਣੇ ਨੇ ਅੱਛਾ ਕੈਮਲਿਨ ਦੇ ਇਹਦੇ ਚ ਨੇ ਪੈਨਸਲ ਪੈਨਸਲ ਕਲਰ ਸਿੰਧ ਵਿੱਚ ਕਿੰਨੇ ਲੋੜ ਵੀ ਬਣੀ ਕਿੰਦੀ ਲਾਏ ਪਾਪਾ ਮੈਂ ਨਿਮ ਮੋਬਾਈਲ ਸੇ ਮੈਂ ਵੀ ਲੈ ਲੈ ਫਿਰ
ਫਤਿਹ ਵੇ ਆਪਣਾ ਕਿਵੇਂ ਮੈਨੇਜ ਕਰਕੇ ਆਪਣੀ ਸਾਰੀ ਚੀਜ਼ਾਂ ਹੁਣ ਆਪਣੇ ਬੈਗ ਪੈਕ ਕਰਨੇ ਨੇ ਤੇ ਕੱਲ ਜਾਣਾ ਨਿਊ ਸੈਸ਼ਨ ਦਾ ਫਸਟ ਡੇ ਆਫ ਸਕੂਲ ਆਨੇ ਸਾਡੇ ਜਿਓਮੈਟਰੀ ਬਾਕਸਸ ਮੇਰਾ ਫਤਿਹ ਦਾ ਕਹਿੰਦੇ ਆ ਜਿਓਮੈਟਰੀ ਭਾਈ ਬਤੇ ਜਿਓਮੈਟਰੀ ਮੇਰਾ ਦੋਸਤ ਹੈ ਵੀ ਸੋਹਣੀ ਜਿਓਮੈਟਰੀ ਆ ਟੇਪਸ ਨੇ ਜੋ ਸਾਡੀਆਂ ਨੇ ਮੰਮਾ ਨੇ ਯੂਜ਼ ਕਰਨੀਆਂ ਨੇ ਸਾਡੀ ਛੋਟੀਆਂ ਨੇ ਸਾਡੀਆਂ ਨੇ ਆ ਛੁੱਟੂ ਟੇਪਸ ਜਿਹੜੀ ਸਾਡੇ ਸਕੂਲ ਦੀ ਹੈ ਕਮੀ ਹੈ ਆਪਣਾ ਰੱਖੀ ਚਲੋ ਜੋ ਜੋ ਸਮਾਨ ਹੋਣੇ ਆ ਪੈਨਸਲ ਬਾਕਸ ਦੋਨੇ ਇੱਕ ਫਟਾ ਫਟ ਮੇਰਾ ਇਹਦੇ ਕੋਈ ਡਿਫਰੈਂਟ ਬੜੇ ਬਣੇ ਤਾਂ ਬੜੀ ਸੋਹਣੇ ਦਾ ਬਾਕਸ ਦਾ ਡੋਮਸ ਫਿਊਜ਼ਨ ਐਕਸਟਰਾ ਸੁਪਰ ਡਾਰਕ ਪੈਨਸਲ ਐਕਸਟਰਾ ਸੁਪਰ ਡਾਰਕ ਹੈ ਦਿਖਾਇਓ ਦੋ ਇਹਦੇ ਸ਼ਾਰਪਨਰ ਵੀ ਮਿਲਦਾ ਸਕੇਲ ਵੀ ਮਿਲਦਾ ਫ੍ਰੀ ਅੱਛਾ ਫ੍ਰੀ ਤੇ ਹੈ ਵੀ ਤੇ ਕੋਸਟਲੀ ਫਿਰ ਬੇਟਾ ਫ੍ਰੀ ਤੁਹਾਨੂੰ ਦੇਣ ਨਹੀਂ ਆਇਕ ਮੇਰੇ ਬੱਚੇ ਤੂੰ ਕੀ ਪੈਨਸਲ ਦਾ ਕਰਨਾ ਸੀ ਹਿੱਤਾ ਪਾਪਾ ਮੇਰੇ ਪੈਨਸਲ ਪਾਪਾ ਨੇ ਤੂੰ ਪਤਾ ਕੀ ਕਰਨਾ ਹੁਣ ਡਾਇਗ੍ਰਾਮ ਵਗੈਰਾ ਬਣਾ ਓਕੇ ਸਿਆਣੀ ਮੇਰੇ ਕਰੈਕਸ਼ਨ ਪੈਨ ਦੋ ਆ ਫਿਰ ਦ ਸਕੇਲ ਸਕੇਲ ਆ ਮੇਰਾ ਮਾਰਕਰ ਬੋਲਡ ਮਾਰਕਰ ਪਿੰਕ ਕਲਰ ਦਾ ਪਿੰਕ ਕਲਰ ਦਾ ਕਾਦੇ ਲਈ ਫਤੇ ਅਮੇਰੀ ਇੱਕ ਗਲੂ ਫਤੇ ਤੈਨੂੰ ਗਲੂ ਦੀ ਕੋਈ ਲੋੜ ਨਹੀਂ ਬੱਚੀ ਪਾਪਾ ਆਰਟ ਐਂਡ ਕਰਾਫਟ ਓਕੇ ਤੂੰ ਤਾਂ ਸੁਪਰ ਸਟਾਰ ਹੈ ਨਾ ਆਰਟ ਐਂਡ ਕਰਾਫਟ ਆ ਮੇਰੀ ਗਲੂ ਤੇ ਆ ਮੇਰੇ ਰੈੱਡ ਪੈਨ ਬੜੇ ਸਾਰੇ ਥਿੰਦੇ ਦੇ ਬੈਨੇ ਰੈੱਡ ਪੈਨ ਦੀ ਕੀ ਜ਼ਰੂਰਤ ਹੈ ਰੈੱਡ ਪੈਨ ਦੀ ਪਤਾ ਨਹੀਂ ਮੈਮ ਨੇ ਬੋਲਿਆ ਕਿ ਤੂੰ ਆਪਣੇ ਆਪੇ ਆਈਡੀਆ ਨਾਲ ਹੀ ਪੈਨ ਵਿੱਚ ਕਿੰਨੇ ਕੁ ਲੈਣੇ 40 50 ਪੈਨ ਲਈ ਫਿਰ ਨਹੀਂ ਸੀ ਤੂੰ ਚਲੋ ਤੁਹਾਡੀ ਮੰਮਾ ਨੇ ਕਾਬੂ ਕਰਕੇ ਰੱਖਣੇ ਤੁਹਾਨੂੰ ਤੇ ਇੱਕ ਇੱਕ ਹੀ ਮਿਲਣੇ ਆ ਸਾਡੇ ਸਟੈਪਲਸ ਦਾ ਤੁਹਾਡਾ ਹੈ ਪਿੰਕ ਪਿੰਕ ਤੇ ਮੈਂ ਉਹਨੂੰ ਖਾਣੀ ਬੜਾ ਕਿਊਟ ਹੀ ਖਿੱਚੀ ਜਾ ਸਟੈਪਲਸ ਆਈ ਕੋ ਕਿਊਟ ਹੈ ਬਚ ਕੇ ਫਤੇ ਨੇ ਉਂਗਲ ਅੰਗਲ ਨਾ ਅਜੇ ਮੈਂ ਆਪਣਾ ਕਾਰਵਾਈ ਕਰਨੀ ਜੇ ਸੇਮ ਹੀ ਹੈ ਤੇ ਰੋਹੇ ਕਿ ਨਹੀਂ ਮੈਂ ਕੈਲੋ ਕਰਦਾ ਬਸ ਓਕੇ ਕਹਿ ਗਿਆ ਤੁਹਾਡਾ ਮੇਰਾ ਫੇਸ ਰਿਵੀਲ ਨਹੀਂ ਚਾਹੀਦਾ ਨਾ ਇਹਦਾ ਅੱਛਾ ਫਤਿਹ ਕਹਿੰਦਾ ਮੇਰੇ ਸਟੈਪਲਰ ਦਾ ਫੇਸ ਰਿਵੀਲ ਨਹੀਂ ਤੇ ਇਹਦਾ ਵੱਖਰਾ ਵਲੋਗ ਬਣਾਏਗਾ ਫਤਿਹ ਯੈਲੋ ਕਲਰ ਦਾ ਫੇਸ ਨਹੀਂ ਵਿਖਾਇਆ ਬਟ ਉਹਦੀ ਲੈਗ ਨਜ਼ਰ ਆ ਰਹੀ ਹੈ ਹਾਂ ਮੰਮਾ ਦੀ ਇਹ ਟੇਪ ਹਾਂ ਹਾਂ ਮੰਮਾ ਨੂੰ ਚਾਹੀਦੀ ਹੈ ਸੈਲੋ ਟੇਪਸ ਵੱਖਰੀਆਂ ਰੱਖੋ ਬੱਚੀ ਸਟੈਪਲ ਬੇਟਾ ਮੰਮਾ ਨੂੰ ਦੇਣੇ ਨੇ ਸਾਰੇ ਪਿੰਸ ਵਗੈਰਾ ਮੰਮਾ ਆਪਣੇ ਆਪ ਕਰਨਗੇ ਗੜਬੜ ਨਹੀਂ ਕਰਨੀ ਬੱਚੀ ਯਾਰ ਉਹ ਮੰਮਾ ਆਪਣੇ ਕੋਲ ਰੱਖਣਗੇ ਪਿਛਲੇ ਸੈਸ਼ਨ ਦੁਨੀਆ ਭਾਰਤੀ ਪੈਨਸਲ ਹੁਣ ਤੈਨੂੰ ਲੋਹੇ ਦੀ ਪੈਨਸਲ ਬਣਾ ਦੇਣੇ ਕੱਸੇ ਬੱਚੀ ਮੇਰੀ ਗੱਲ ਸੁਣ ਇੱਕ ਵਾਰੀ ਸ਼ਾਪ ਕੀਤੀ ਜਦੋਂ ਤੁਹਾਡੀ ਉਹ ਹੋ ਜਾਏ ਘਸ ਜਾਏਗੀ ਉਦੋਂ ਬਾਅਦ ਫੇਰ ਸ਼ਾਪ ਕਰਨ ਨੂੰ ਬੱਚੀ ਤੂੰ ਜਾ ਹੁਣ ਐ ਹੁਣ ਤੇਰੀ ਫਿਊਜ਼ਨ ਵਾਲੀ ਆ ਨਾ ਐਕਸਟਰਾ ਡਾਰਕ ਇਹਦੇ ਲਿਖਿਆ ਵੇ ਆ ਵੇ ਐਕਸਟਰਾ ਸੁਪਰ ਡਾਰਕ ਪੈਨਸਿਲਸ ਹੁਣ ਪਤਾ ਲੱਗ ਜਾਏਗਾ ਹੁਣ ਤੂੰ ਕਿੰਨੀਆਂ ਉਹ ਵੇਸਟ ਕਰਨਾ ਹੁਣ ਸਾਡੇ ਦੋ ਕਲੀਅਰ ਬੈਗ ਆ ਫਿਰ ਤੇਰੇ ਜਾਂ ਮੇਰੇ ਦੋ ਦਾ ਕੀ ਕਰਨਾ ਹੈ ਇੱਕ ਇੱਕ ਬੜਾ ਮਜ਼ੇ ਆ ਰੱਖ ਲਾਂਗੇ ਨਾ ਹੁਣ ਤੇ ਆ ਫਿਰ ਦੇ ਚਾਰਟ ਜੋ ਕਿ ਮੇਰੇ ਨਹੀਂ ਪਤਾ ਆਪਣੇ ਚਾਰਟ ਵੇਸਟ ਨਹੀਂ ਕਰਨੇ ਕੁਝ ਵੀ ਰੱਖ ਦੇ ਤੂੰ ਸਾਰੇ ਨਹੀਂ ਨਹੀਂ ਜਦੋਂ ਜਿੱਦਾਂ ਨੂੰ ਕੋਈ ਲੋੜ ਹੋਈ ਮੈਸੇਜ ਆਈ ਜਾਂਦਾ ਸਕੂਲ ਤੋਂ ਆਪਾਂ ਭੇਜਦਾ ਕਰਾਂਗੇ ਨਾਲ ਹੀ ਬੇਟਾ ਮੈਨੂੰ ਲੋੜ ਪੈਣੇ ਮੈਨੂੰ ਵੀ ਸ਼ੇਅਰ ਕਰਵਾ ਦੇ ਓਕੇ ਆ ਨੇ ਮੇਰੀਆਂ ਦੋ ਬੁੱਕਸ ਪੰਜਾਬੀ ਦੀਆਂ ਵਿਖਾਓ ਤੇ ਆ ਸ਼ੋ ਮੀ ਇੱਕ ਕੇ ਮਿੱਠੀ ਬੋਲੀ ਨਾਮ ਬੜਾ ਸੋਹਣਾ ਬੁੱਕ ਦਾ ਚੋ ਲਿਟਰੇਚਰ ਪੰਜਾਬੀ ਪਾਠ ਸਾਲ ਮਾਲਾ ਮੈਂ ਮਿੱਠੀ ਬੋਲੀ ਪੰਜਾਬੀ ਪਾਠ ਮਾਲਾ ਪਾਪਾ ਜੀ ਸਾਡੀ ਗ੍ਰਾਮਰ ਯੁਗ ਮੈਂ ਨਾ ਇੱਥੇ ਨਾ ਮੈਂ ਇੱਥੇ ਪੰਜਾਬੀ ਵਿਆਕਰਣ ਅਤੇ ਲੇਖ ਰਚਨਾ ਸੋਹਣੀ ਪੰਜਾਬੀ ਪਿਕਚਰ ਚਿਪਕਾਣਾ ਵੀ ਜਿਹੜੀ ਉਹ ਲੈ ਕੇ ਆਇਆ ਪਤਾ ਤੈਨੂੰ ਤੇ ਪੰਜਾਬੀ ਹੈ ਜੇ ਲੇਟ ਕਿਹੜੀ ਕਲਾਸ ਲੱਗਦੀ ਸੀ ਲੱਗਦੀ ਹੈ 5th ਵਿੱਚ ਪਾਪਾ ਸਾਨੂੰ ਨਾ ਸੋਸ਼ਲ ਸਾਇੰਸ 5th ਵਿੱਚ ਲੱਗਿਆ ਸੀ ਤੇ ਇਹਨਾਂ ਸਾਰਿਆਂ ਨੂੰ 4th ਚ ਹੀ ਲੱਗ ਗਿਆ ਠੀਕ ਹੈ ਟਾਈਮ ਸੇ ਟ੍ਰੇਨਡ ਹੋ ਜਾਏਗਾ ਫਤਿਹ ਫਤਿਹ ਤੇ ਪਾਪਾ ਬੈਠੇ ਨਾ ਇੱਥੇ ਆਪਣੀ ਪਿਕਚਰ ਚਿਪਕਾਣਾ ਦੇ ਸਾਈਡ ਤੇ ਸਾਰੀ ਬੁੱਕਸ ਤੇ ਨੋਟਬੁੱਕ ਤੇ ਐਸੀ ਤੁਹਾਡੀਆਂ ਪਾਸਪੋਰਟ ਸਾਈਜ਼ ਫੋਟੋਜ਼ ਲੱਗਣਗੀਆਂ ਟੀਚਰ ਨੇ ਕਹਿ ਦਿੱਤਾ ਤੇ ਮਾਰਕਰ ਨਾਲੇ ਦਿੱਸ ਤੇ ਸਿਰਫ ਮਾਰਕਰ ਨਾਲੇ ਲਿਖਣਾ ਹਾਂ ਠੀਕ ਹੈ ਭਾਸ਼ਣ ਦੇ ਅੰਦਰ ਮੈਨੂੰ ਬਸ ਨਹੀਂ ਹੁੰਦਾ ਦੁਬਾਰਾ ਬੋਲੀ ਡਕਾਰ ਮੂੰਹ ਕਦੇ ਯਾਰ ਉਲਟੇ ਕੰਮ ਕਰਨਾ ਤੂੰ ਬੜਾ ਆਪਣੇ ਆਪ ਡਕਾਰ ਵੀ
ਕਦੇ ਕੰਦਾ ਹੈ ਤੂੰ ਫਰੈਂਡਸ ਹੁਣ ਅਸੀਂ ਕਰਨੇ ਆ ਇਸ ਵਲੌਗ ਦਾ ਇੱਥੇ ਹੀ ਐਂਡ ਤੇ ਸਾਡਾ ਜਿਹੜਾ ਨੈਕਸਟ ਵਲੌਗ ਆਏਗਾ ਉਹਦੇ ਵਿੱਚ ਅਸੀਂ ਤੁਹਾਨੂੰ ਆਪਣੇ ਜਿੱਦਣ ਅਸੀਂ ਤੁਹਾਨੂੰ ਕਿਵੇਂ ਦੱਸਾਂ ਕਿ ਕੱਲ ਅਸੀਂ ਜਦੋਂ ਸਕੂਲ ਜਾਵਾਂਗੇ ਫਸਟ ਡੇ ਆਫ ਸਕੂਲ ਉਦੋਂ ਦਾ ਵਲੌਗ ਆਏਗਾ ਤੇ ਅਸੀਂ ਆਪਣੀ ਬੁੱਕਸ ਵੀ ਓਪਨ ਕਰਾਂਗੇ ਇਸ ਵਲੌਗ ਵਿੱਚ ਤੇ ਆਪਣੀ ਯੂਨੀਫਾਰਮ ਵੀ ਵਿਖਾਵਾਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਯੂਨੀਫਾਰਮ ਸਾਡੀ ਹੋਰ ਹੁਣੀ ਵੀ ਉੱਥੇ ਦੇਖੋ ਨਹੀਂ ਨਵੀਂ ਆਣੀ ਬੇਟਾ ਅੱਛਾ ਕਿੱਥੇ ਪਈ ਆਹ ਵਾਲੀ ਪੁਰਾਣੀ ਕਿਹੜੀ ਹੈ ਆ ਪੁਰਾਣੀ ਹੈ ਚਲੋ ਉਹ ਤੇ ਚੇਂਜ ਹੋ ਗਈ ਨਾ ਯੂਨੀਫਾਰਮ ਦੁਬਾਰਾ ਤੋਂ मौज मस्ती बिलकुल फ्री दे पढ़ना दब के सारे बच्चे भी सब मन ला के पढ़ो वधिया वधिया मार्क्स आ की तुहाडे 90% अबव मार्क्स चाहिए ने Do you understand? मैं 90% तो उत्ते नंबर चाहिए चलो व्लॉग दा हुण करने एंड फिर मिलने हैं नेक्स्ट वीडियो दे नाल उदों तक लई बाय बाय फतेह बाय बाय कर दो सारयां नूं उम्मीद करदे हां व्लॉग वधिया लगा ते वीडियो नूं लाइक कर दो जिन्हें चैनल सब्सक्राइब नहीं किया चैनल नूं कर दो सब्सक्राइब नेक्स्ट वीडियो थैंक यू गाइस माय चैनल नूं सब्सक्राइब कर हां बड़िया ने फतेह दा चैनल की नाम है गुरफतेह सिंह चीमा व्लॉग्स बच्चों वाली जिन्हें चैनल सब्सक्राइब जरूर करो फतेह मिलते हैं नेक्स्ट वीडियो बाय बाय।